सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। बहुत माड़ा एक्सपीरियंस है जी, शहर च कोई भी पार्क कोई भी यही चीज नहीं है जिथे सैर की जा सके। हैरी महकमा आराम नाल सौ रहा है, वह बिल्कुल देख ही लिया भी आसे पास भी सफाई नहर से हो रही है कि नहीं हो रही। पर कुछ दिक्कत जी आ रही है कि साफ सफाई है जी, या कह लो घा जरा हो जाता है, ये जरा है थोड़ा जहा परेशान करता है, दिक्कत आती है जान आने वाले। शहर रामपुरा फूल कोई जगह तो है ही नहीं शहर करने, अरे बाईपास है जान के खतरे पा के शहर कर दिया। वड्डी खबर सामने आ रही है रामपुरा फूल तो तुसी अक्सर ये जरूर सुनिया होगा कि बाकी दे काम बाद च, पहला सेहत जरूरी है, पर जिस शहर दा हाल ही बेहाल होवे उसदा तां रब ही रखा है। जी हाँ, ये वेखन नूं मिलिया बठिंडा जिले दे शहर रामपुरा फूल दे विच, जिथे लोग अपनी सेहत प्रति गंभीर तां जरूर ने, परंतु शहर विच सैर करन दा कोई मुख केंद्र ना होण कारण प्रशासनिक अधिकारियां नूं कोसते जरूर नजर आए। लोग सैर तां जरूर करदे ने परंतु अपनी जान जोखिम दे विच पा के सवेर दे टाइम मीडिया टीम ने शहर दा दौरा कीता। ज्यादातर लोग सूए दी पटड़ी अते बाईपास ते सैर करदे जरूर विखाई दिते, परंतु साफ सफाई दी घाट कारण हर एक दे चेहरे ते सरकार अते अधिकारियां प्रति नाराजगी जरूर विखाई दिती। दस दिए कि शहर दे बाईपास ते सैर करना अपनी मौत नूं सदा देण दे बराबर है, परंतु फिर भी लोग अपनी सेहत नूं फिट रखण दे लई सैर कर रहे ने। आओ तुहानूं सुणाउंदे हां शहर वासियां दा की कहना है रामपुरा फूल शहर दे प्रबंधां नूं लै के। ਬਹੁਤ ਮਾੜਾ ਐਕਸਪੀਰੀਅੰਸ ਹੈ ਜੀ, ਇਹ ਜਿਹੜਾ ਪਟੜੀ ਹੈ 3 ਨੰਬਰ ਪੁੱਲ ਦੇ ਨੇੜੇ ਜਨਤਾ ਕਲੋਨੀ ਦੇ ਵਸਨੀਕ ਦਾ ਸੀ। ਸ਼ਹਿਰ 'ਚ ਕੋਈ ਵੀ ਪਾਰਕ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਜਿੱਥੇ ਸੈਰ ਕੀਤੀ ਜਾ ਸਕੇ। ਨਹਿਰ ਦੀ ਪਟੜੀ ਜਿਹੜੀ ਹੈ ਉਹ ਇੱਕੋ ਇੱਕ ਸੀ ਜਿਹੜੀ ਕਿ ਬਹੁਤ ਵਧੀਆ ਬਣਾਈ ਜਾ ਸਕਦੀ ਸੀ, ਲੇਕਿਨ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਦੋਨੇ ਪਾਸੇ ਬਹੁਤ ਵੱਡੀਆਂ ਵੱਡੀਆਂ ਝਾੜੀਆਂ ਅਤੇ ਬਹੁਤ ਵੱਡੇ ਵੱਡੇ ਜਿਹੜੇ ਹੈ ਉਹ ਸਰਕੰਡਾ ਉੱਗਿਆ ਹੋਇਆ ਹੈ, ਜਿਹੜਾ ਕਿ ਬਹੁਤ ਕਿਤੇ ਕਿਸੇ ਕਿਸਮ ਦਾ ਵੀ ਕੋਈ ਵੀ ਇਸ ਮੌਸਮ 'ਚ ਜਾਨਵਰ ਨਿਕਲ ਸਕਦਾ ਹੈ ਅਤੇ ਹਰੇਕ ਨੂੰ ਕੋਈ ਨਾ ਕੋਈ ਆਪਣੀ ਜਾਨ ਦਾ ਖਤਰਾ ਹੋ ਸਕਦਾ ਹੈ। ਬਿਲਕੁਲ ਵੀ ਲੰਘਿਆ ਨਹੀਂ ਜਾ ਰਿਹਾ, ਲੋਕ ਮੇਨ ਰੋਡ 'ਤੇ ਸੈਰ ਕਰਨ ਲਈ ਮਜਬੂਰ ਹੈ, ਜਿੱਥੇ ਕਿ ਬਹੁਤ ਜ਼ਿਆਦਾ ਟ੍ਰੈਫਿਕ ਆਉਂਦੀ ਹੈ ਅਤੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਅਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬੁਰਾ ਹਾਲ ਹੈ, ਕੋਈ ਵੀ ਸੈਰ ਕਰਨ ਦੀ ਜਗ੍ਹਾ ਨਹੀਂ ਹੈ, ਕੋਈ ਵੀ ਬੰਦਾ ਸੁਰੱਖਿਅਤ ਨਹੀਂ ਹੈ, ਇੱਥੋਂ ਮੁਸ਼ਕ ਮਾਰਦਾ ਬਹੁਤ ਜ਼ਿਆਦਾ ਗੰਦ ਅਤੇ ਬਹੁਤ ਜ਼ਿਆਦਾ ਇਹ ਜਿਹੜਾ ਸਰਕੰਡਾ ਜਿਹੜਾ ਉਹ ਉੱਗਿਆ ਹੋਇਆ ਹੈ। ਨਹਿਰੀ ਮਹਿਕਮਾ ਆਰਾਮ ਨਾਲ ਸੌ ਰਿਹਾ, ਉਹ ਬਿਲਕੁਲ ਦੇਖ ਨਹੀਂ ਰਿਹਾ ਵੀ ਆਸੇ ਪਾਸੇ ਕੋਈ ਸਫਾਈ ਨਹਿਰ ਦੇ ਹੋ ਰਹੀ ਹੈ ਕਿ ਨਹੀਂ ਹੋ ਰਹੀ। ਉਹਨਾਂ ਨੂੰ ਦੇ ਇਹ ਖਾਸ ਖਿਆਲ ਰੱਖਣਾ ਚਾਹੀਦਾ ਵੀ ਲੋਕਾਂ ਦੇ ਸੈਰ ਕਰਨ ਦੀ ਜਗ੍ਹਾ 'ਤੇ ਇੱਥੇ ਸੈਰ ਕਰਨ ਵਾਲੀ ਜਗ੍ਹਾ ਦੇ ਪਾਸੇ ਉਹਨਾਂ ਨੂੰ ਇੱਕ ਗ੍ਰਿਲ ਲਗਵਾ ਕੇ ਪੱਕੀ ਸੜਕ ਬਣਵਾ ਕੇ ਲੋਕਾਂ ਨੂੰ ਆਰਾਮ ਦੇਣਾ ਚਾਹੀਦਾ। ਰਾਮਪੁਰਾ ਫੂਲ ਦੇ ਵਿੱਚ ਮੈਂ ਬਾਈਪਾਸ ਦੇ ਉੱਤੇ ਖੜ੍ਹਾ 3 ਨੰਬਰ ਪੁੱਲ ਦੇ ਉੱਤੇ, ਖਾਸ ਕਰਕੇ ਇਸ ਕਲੋਨੀ ਦੀ ਥੋੜ੍ਹੀ ਜਿਹੀ ਖੁੱਲ੍ਹੀ ਥਾਂ ਹੈਗੀ ਹੈ, ਪਰ ਥਾਂ ਸੈਰ ਕਰਨ ਵਾਸਤੇ ਕੋਈ ਥਾਂ ਨਹੀਂ ਹੈ। ਸੂਏ ਦੇ ਨਾਲ ਨਾਲ ਜਾਈਏ ਤਾਂ ਬੜੀ ਸੜਕ ਜਿਹੜੀ ਹੈ ਖਰਾਬ ਹੈ, ਬਾਈਪਾਸ ਦੇ ਉੱਤੇ ਟ੍ਰੈਫਿਕ ਬਹੁਤ ਹੈ, ਐਕਸੀਡੈਂਟ ਹੋਣ ਦਾ ਡਰ ਹੈ। ਇਹੋ ਜਿਹੀ ਕੋਈ ਥਾਂ ਨਹੀਂ ਬਣਾਈ ਜਿੱਥੇ ਸੈਰ ਕਰ ਸਕੀਏ। ਸੋ ਮਿਊਂਸਪੈਲਿਟੀ ਨੂੰ, ਸਰਕਾਰ ਨੂੰ ਇਹ ਬੇਨਤੀ ਹੈ ਕਿ ਲੋਕਾਂ ਦੇ ਸੈਰ ਕਰਨ ਵਾਸਤੇ ਕੋਈ ਨਾ ਕੋਈ ਜਗ੍ਹਾ ਬਣਾਈ ਜਾਵੇ ਜਿੱਥੇ ਲੋਕ ਆਪਣੀ ਸਵੇਰ ਦੀ ਐਕਸਰਸਾਈਜ਼ ਕਰ ਸਕਣ, ਯੋਗਾ ਕਰ ਸਕਣ ਅਤੇ ਆਪਣੀ ਸਿਹਤ ਨੂੰ ਠੀਕ ਰੱਖ ਸਕਣ। ਥੋੜ੍ਹੀ ਜਿਹੀ ਸਾਫ਼ ਸਫਾਈ ਦੀ ਕਮੀ ਹੈ ਅਤੇ ਜਗ੍ਹਾ ਬਣਾਈ ਜਾਵੇ ਵਧੀਆ, ਕੋਈ ਪਾਰਕਿੰਗ ਦੀ ਬੈਠਣ ਉੱਠਣ ਦੀ ਜਿਸ ਤਰ੍ਹਾਂ ਰਾਮਬਾਗ ਵਿੱਚ ਹੈ ਉਸ ਤਰ੍ਹਾਂ ਹੋਰ ਸਾਈਡ 'ਤੇ ਵੀ ਬਣਾਈ ਜਾਵੇ, ਦੂਜੇ ਬੰਦਿਆਂ ਨੂੰ ਹੋਰ ਪਾਸੇ ਥੋੜ੍ਹੇ ਜਿਹਾ ਆਸਾਨ ਹੋਈ ਹੈ। ਸੁਬਹਾ ਸੁਬਹਾ ਇੱਥੋਂ ਦੇ ਲੋਕ ਜਿਹੜੇ ਹੈ ਸੈਰ ਕਰਨਾ ਪਸੰਦ ਕਰਦੇ ਹਨ, ਔਰ ਕਾਫੀ ਲੋਕ ਜਿਹੜੇ ਹੈ ਬਹੁਤ ਹੀ ਸੁਬਹਾ ਤੋਂ ਸੈਰ ਵਾਸਤੇ ਨਿਕਲ ਜਾਂਦੇ ਹਨ। ਔਰ ਇੱਥੇ ਬਹੁਤ ਜਗ੍ਹਾ ਤਾਂ ਨਹੀਂ ਹੈ ਸੈਰ ਕਰਨ ਵਾਸਤੇ, ਨਹਿਰ ਦੇ ਨਾਲ ਨਾਲ ਇੱਧਰ ਜਾਂ ਇੱਧਰ ਇੱਧਰ ਕਲੋਨੀਆਂ ਬਣੀਆਂ ਹੈ, ਇਸ ਦੇ ਸਾਈਡ 'ਤੇ ਸੜਕਾਂ 'ਤੇ ਲੋਕ ਜਾਂਦੇ ਸੈਰ ਕਰਨ। ਪਰ ਕੁਛ ਦਿੱਕਤ ਜਿਹੜੀ ਆ ਰਹੀ ਹੈ ਕਿ ਇਹ ਸਾਫ਼ ਸਫਾਈ ਇਹਦੀ, ਜਾਂ ਕਹਿ ਲਓ ਜਿਹੜੀ ਘਾਹ ਜਿਹੜਾ ਹੋ ਜਾਂਦਾ ਹੈ, ਇਹ ਜਿਹੜਾ ਹੈ ਥੋੜ੍ਹਾ ਜਿਹਾ ਪਰੇਸ਼ਾਨ ਕਰਦਾ ਹੈ, ਦਿੱਕਤ ਆਉਂਦੀ ਹੈ ਜਾਣ ਆਉਣ ਵਾਲਿਆਂ ਨੂੰ। ਸੋ ਇਹ ਜਿਹੜਾ ਹੈ ਚਾਹੀਦਾ ਹੈ ਕਿ ਇਸ ਨੂੰ ਥੋੜ੍ਹਾ ਜਿਹਾ ਮਾਰਗ ਜਿਹੜਾ ਹੈ ਰਸਤੇ ਨੂੰ ਸਹੀ ਕੀਤਾ ਜਾਵੇ।
ਸ਼ਹਿਰ ਰਾਮਪੁਰਾ ਫੂਲ ਦੇ ਵਿੱਚ ਕੋਈ ਜਗ੍ਹਾ ਤਾਂ ਹੈ ਹੀ ਨਹੀਂ ਸੈਰ ਕਰਨ ਨੂੰ, ਅਜੇ ਬਾਈਪਾਸ ਹੈ ਜਾਣ 'ਚ ਖਤਰੇ 'ਚ ਪਾ ਕੇ ਸੈਰ ਕਰ ਰਿਹਾ ਸੀ ਅਤੇ ਪੋਲੀਸ਼ਨ ਟਰੱਕ ਲੰਘ ਰਹੇ ਆ ਉਹਦੇ ਜੀ ਸਰ ਅਤੇ ਕੋਈ ਜਗ੍ਹਾ ਤਾਂ ਇਹਦੇ ਸੈਰ ਗਾਹ ਕੋਈ ਜਗ੍ਹਾ ਹੋਣੀ ਚਾਹੀਦੀ ਸੀ ਮਤਲਬ ਕਿ ਸੈਰ ਕਰਨ ਵਾਸਤੇ ਪ੍ਰੋਪਰ ਜਗ੍ਹਾ ਸ਼ਹਿਰ ਦੇ ਵਿੱਚ ਕੋਈ ਨਹੀਂ ਹੈਗੀ ਇਸ ਟਾਈਮ ਕੋਈ ਜਗ੍ਹਾ ਨਹੀਂ ਹੈ ਪ੍ਰੋਪਰ ਸੈਰ ਕਰਨ ਦੇ ਵਿੱਚ ਠੀਕ ਸਰ ਇਹ ਵੀ ਜਿਹੜਾ ਮੇਨ ਸੜਕ ਹੈ ਇਹਦੇ 'ਚ ਟਰੈਫਿਕ ਬਹੁਤ ਜ਼ਿਆਦਾ ਹੈ ਜਿਹੜੀਆਂ ਸਾਈਡ 'ਤੇ ਬਣੀ ਹੋਈ ਜਿਹੜੀ ਅਗਰ ਇਹ ਸੜਕ ਬਣ ਜਾਵੇ ਤਾਂ ਲੋਕਾਂ ਨੂੰ ਸਹੂਲਤ ਜ਼ਿਆਦਾ ਵਧੀਆ ਬਣ ਜਾਵੇ ਜਾਣ ਵਾਸਤੇ ਆਸਾਨੀ ਹੋ ਜਾਵੇ ਸਭ ਨੂੰ ਫਾਇਦਾ ਇਸ ਗੱਲ ਦਾ ਜੀ ਇਹੀ ਚਾਹੁੰਦੇ ਆਪਾਂ ਜੀ ਵਧੀਆ ਬਣ ਜਾਵੇ ਸੜਕ ਠੀਕ ਹੋ ਜਾਵੇ ਮਜਬੂਰੀਆਂ ਪ੍ਰਤੀ ਕਹਿਣ ਤੋਂ ਝਿਜਕ ਰਹੇ ਨੇ ਜੇਕਰ ਕੋਈ ਅਨਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ ਜਦੋਂ ਇਸ ਸੰਬੰਧੀ ਨਹਿਰੀ ਵਿਭਾਗ ਦੇ ਐਸਟੀਓ ਗੁਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਫੰਡਾਂ ਦੀ ਘਾਟ ਅਤੇ ਉੱਚ ਅਧਿਕਾਰੀਆਂ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਸਾਫ ਸਫਾਈ ਕਰਾਉਣ ਤੋਂ ਅਸਮਰੱਥ ਨੇ ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ NC7 ਨਿਊਜ਼